हाँ जी, सत श्री अकाल जी सारिया नूं। जिवें कि तुहानूं पता ही है कि जिहड़ा अज अपना कोऑपरेटिव दा कलर्क दा जिहड़ा पेपर होया, सो उहदा जिहड़ा एग्जाम दा कंप्यूटर दे क्वेश्चन आए सी, उहनां नूं आपां एनालाइज़ करन लगे हाँ। सो तुसी वी अपने जिहड़े आंसर आ उह मिला के चैक कर सकदे हो। वैसे जिहड़ा बेसिक अपना कंप्यूटर दा इहदे विच जिहड़ा आपां कह सकदे हां कि बहुत ही सौखा आया सीगा, सो तुसी अपने क्वेश्चन मिला सकदे हो। सो पहले क्वेश्चन आया सीगा अपना जिहड़ा ਇਹ ਨੈਟਵਰਕ ਦਾ ਫੁੱਲ ਫੋਰਮ ਆਫ ਬੈਨ, ਇਸ ਸਮੇਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਹਦਾ ਕੀ ਆਂਸਰ ਹੋਵੇਗਾ। ਬਹੁਤ ਹੀ ਸੌਖਾ ਕੁਆਸ਼ਨ ਸੀ। ਇਹਦਾ ਆਪਸ਼ਨ ਹੋਵੇਗਾ ਜੀ ਬੀ, ਵਾਈਡ ਏਰੀਆ ਨੈਟਵਰਕ। ਸੋ ਨੈਕਸਟ ਸੀਗਾ ਆਪਣੇ ਕੋਲ, ਦਿਸ ਇਜ਼ ਨੋਟ ਐਨੀ ਕਾਇੰਡ ਆਫ ਨੰਬਰ ਸਿਸਟਮ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਨੰਬਰ ਸਿਸਟਮ ਹੁੰਦੇ ਜਿਹੜੇ ਤਿੰਨ ਤਰ੍ਹਾਂ ਦੇ ਹੁੰਦੇ ਆ, ਓਕਟਲ, ਹੈਕਸਾ, ਡੈਸੀਮਲ ਐਂਡ ਬਾਈਨਰੀ। ਜਿਹੜਾ ਬੂਲ ਆ ਇਹ ਕਿਸ ਤਰ੍ਹਾਂ ਦਾ ਨੰਬਰ ਸਿਸਟਮ ਨਹੀਂ ਹੈ। ਸੋ ਇਹਦਾ ਆਂਸਰ ਆ ਜਾਏਗਾ ਜੀ ਡੀ। ਠੀਕ ਹੈ ਜੀ। ਸੋ ਦਿਸ ਇਜ ਬਨ ਨਾਟ ਏ ਬੈਡ ਈਮੇਲ ਆਈ ਡੀ। ਸੋ ਇਹਦੇ ਵਿੱਚ ਥੋੜ੍ਹਾ ਜਿਹਾ ਕਨਫਿਊਜ਼ਨ ਹੈ। ਇਹਦੇ ਵਿੱਚ ਮੇਰੇ ਹਿਸਾਬ ਨਾਲ ਜਿਹੜਾ ਆਂਸਰ ਆਪਣਾ ਆਉਣਾ ਹੈਗਾ ਬੀ ਆ ਸਕਦਾ। ਇਹੀ ਕੁਆਸ਼ਚਨ ਜਿਹੜਾ ਇੱਕ ਕਨਫਿਊਜ਼ਨ ਆ, ਬਾਕੀ ਸਾਰੇ ਤਾਂ ਹੋ ਗਏ ਸੀ। ਸੋ ਨੈਕਸਟ ਆਪਾਂ ਦੇਖ ਸਕਦੇ ਹਾਂ, ਦਿਸ ਸੋਫਟਵੇਅਰ ਕਨਵਰਟ ਦਾ ਹਾਈ ਲੈਵਲ ਲੈਂਗੁਏਜ ਪ੍ਰੋਗਰਾਮ ਟੂ ਲੋ ਲੈਵਲ ਪ੍ਰੋ ਲੈਂਗੁਏਜ ਐਂਡ ਵਾਈਸ ਵਰਸਾ। ਸੋ ਇਹ ਵੀ ਸਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ, ਬਹੁਤ ਹੀ ਸੌਖਾ ਕੁਆਸ਼ਚਨ ਆਇਆ। ਇਹ ਆਏਗਾ ਜੀ ਕੰਪਾਈਲਰ। ਠੀਕ ਹੈ ਜੀ। ਸੋ ਅਗਲਾ ਕੁਆਸਚਨ ਹੈ ਜੀ, ਜਾਵਾ ਵਿੱਚ ਇਜ ਯੂਜਡ ਇਨ ਕੰਪਿਊਟਰ ਬੇਸਿਕਲੀ। ਜਿਹੜਾ ਜਾਵਾ ਜੀ ਉਹ ਕੀ ਹੈ, ਹਾਰਡਵੇਅਰ ਹੈ, ਸਟੋਰੇਜ ਡਿਵਾਈਸ ਹੈ, ਪ੍ਰੋਗਰਾਮ ਲੈਂਗੁਏਜ ਹੈ, ਬੂਟੇਬਲ ਡਿਵਾਈਸ ਹੈ। ਸੋ ਸਾਨੂੰ ਪਤਾ ਹੀ ਹੈ ਕਿ ਇੱਕ ਪ੍ਰੋਗਰਾਮ ਲੈਂਗੁਏਜ ਹੈ। ਸੋ ਨੈਕਸਟ ਹੈ ਜੀ, ਵਿੱਚ ਸੋਫਟਵੇਅਰ ਪ੍ਰੋਵਾਈਡ ਦਾ ਇੰਟਰੈਕਸ਼ਨ ਬਿਟਵੀਨ ਹਾਰਡਵੇਅਰ ਐਂਡ ਸੋਫਟਵੇਅਰ। ਜਿਹੜਾ ਆਪਣਾ ਹਾਰਡਵੇਅਰ ਅਤੇ ਸੋਫਟਵੇਅਰ ਦਾ ਵਿਚਾਲੇ ਇੰਟਰੈਕਸ਼ਨ ਪੈਦਾ ਕਰਦਾ ਹੈ, ਕਿਹਦੇ ਦੁਆਰਾ ਆਪਾਂ ਹਾਰਡਵੇਅਰ ਯੂਜ ਕਰ ਸਕਦੇ ਹਾਂ। ਸੋ ਉਹ ਹੈਗਾ ਜੀ ਓਪਰੇਟਿੰਗ ਸਿਸਟਮ। ਓਪਰੇਟਿੰਗ ਸਿਸਟਮ ਵਿੱਚ ਸਹੀ ਆਂਸਰ ਹੋ। ਸੋ ਨੈਕਸਟ ਹੈਗਾ ਜੀ, ਦਾ ਫੁੱਲ ਫੋਰਮ ਆਫ ਓ ਸੀ ਆਰ, ਇਨਪੁੱਟ ਡਿਵਾਈਸ ਫਾਰ ਕੰਪਿਊਟਰ। ਇਹਦਾ ਆਪਣਾ ਵੈਸੇ ਤਾਂ ਹੁੰਦਾ ਓਪਟੀਕਲ ਕਰੈਕਟਰ ਰਿਕੋਗਨਾਈਜ਼ਨ, ਪਰ ਮੈਂ ਜਿਹੜਾ ਤੁਹਾਨੂੰ ਦੱਸਦਾ, ਮੈਂ ਆਪਣੇ ਹਿਸਾਬ ਨਾਲ ਆ ਕਹਿਆ ਓਪਟੀਕਲ ਕਾਰਡ ਰੀਡਰ। ਸੋ ਵਿੱਚ ਵੀ ਥੋੜ੍ਹੀ ਜਿਹੀ ਕਨਫਿਊਜ਼ਨ ਆ। ਸੋ ਨੈਕਸਟ ਆ ਗਿਆ ਤਾਂ ਬਾਈਨਰੀ ਇਕੁਇਵਲੈਂਟ ਆਫ ਡੈਸੀਮਲ ਨੰਬਰੇਜ। ਸੋ ਇਹ ਤੁਸੀਂ ਦੇਖ ਸਕਦੇ ਹੋ, ਇਹਦਾ ਆਏਗਾ 56 ਦਾ ਫਸਟ ਏ। ਹਾਂ, ਮੈਂ ਇੱਧਰ ਕੱਢਿਆ ਵੀ ਸੀਗਾ 56 ਨੂੰ 2 'ਤੇ ਵੰਡ ਕੇ ਜਿਹੜਾ ਰਿਮਾਇੰਡਰ ਆ ਜਾਂਦਾ, ਰਿਮਾਇੰਡਰ ਆ ਜਾਂਦਾ ਉਹ ਆਪਾਂ ਹੇਠਾਂ ਤੋਂ ਉੱਪਰ ਵੱਲ ਨੂੰ ਲਿਖ ਲੈਂਦੇ ਹਾਂ। ਸੋ ਇਹਦਾ ਆਏਗਾ ਜੀ ਏ ਕੁਆਸਚਨ। ਨੈਕਸਟ ਆ ਗਿਆ ਜੀ, ਦਿਸ ਇਜ ਨਾਟ ਐਨੀ ਕਲਾਸੀਫਿਕੇਸ਼ਨ ਆਫ ਕੰਪਿਊਟਰ। ਇਹਨਾਂ ਵਿੱਚੋਂ ਕਿਹੜਾ ਜਿਹੜਾ ਕੰਪਿਊਟਰ ਦੀ ਫੋਰਮ ਨਹੀਂ ਹੈ। ਬੈਸਟ ਇਹ ਹੁੰਦੇ ਆ ਸੁਪਰ ਕੰਪਿਊਟਰ ਵੀ ਹੁੰਦਾ, ਮਾਈਕਰੋ, ਮਿਨੀ, ਮੇਨ ਫਰੇਮ। ਇਹਦਾ ਮਾਈਕਰੋ ਆਜੂਗਾ ਜੀ। ਅਤੇ ਵਿੱਚ ਵਨ ਇਜ ਨੋਟ ਐਨੀ ਕਾਇੰਡ ਆਫ ਪ੍ਰਿੰਟਰ, ਇਹਦੇ ਵਿੱਚ ਆਜੂਗਾ ਜੀ ਡਰੋਲ ਪ੍ਰਿੰਟਰ। ਠੀਕ ਹੈ ਜੀ। ਸੋ ਨੈਕਸਟ ਆ ਗਿਆ ਜੀ, ਵਿੱਚ ਉਹਦਾ ਫੋਲੋਇੰਗ ਇਜ ਨੋਟ ਇੱਕ ਕੰਪਿਊਟਰ ਲੈਂਗੁਏਜ। ਇਹ ਤੁਹਾਨੂੰ ਪਤਾ ਹੀ ਹੋਊਗਾ, ਜਿਹੜਾ ਫੋਰਟਨ, ਕੋਬਲ, ਸੀ ਪਲੱਸ ਪਲੱਸ, ਇਹ ਸਾਰੀਆਂ ਲੈਂਗੁਏਜ ਹੁੰਦੀਆਂ ਕੰਪਿਊਟਰ ਦੀਆਂ। ਜਿਹੜੀ ਓ ਪੈਟ ਆ ਇਹ ਨਹੀਂ ਹੈ, ਡੀ ਆਊਗਾ ਜੀ। ਪੈਨ ਡਰਾਈਵ ਯੂਜਡ ਇਨ ਕੰਪਿਊਟਰ, ਤੁਹਾਨੂੰ ਪਤਾ ਹੀ ਹੈ ਕਿ ਕੀ ਹੈ, ਸਾਰੇ ਜਾਣਦੇ ਹਾਂ ਆਪਾਂ ਪੈਨ ਡਰਾਈਵ ਯੂਜ ਕਰਦੇ ਹਾਂ। ਸੋ ਸੋਫਟਵੇਅਰ ਡਿਵਾਈਸ ਹੈ, ਸੈਂਟਰਲ ਪ੍ਰੋਸੈਸਿੰਗ ਯੂਨਿਟ ਹੈ, ਸਟੋਰੇਜ ਡਿਵਾਈਸ ਹੈ, ਅਸੈਂਬਲਰ ਹੈ। ਸੋ ਇਹ ਹੈਗੀ ਆਪਣੀ ਸਟੋਰੇਜ ਡਿਵਾਈਸ ਹੈ, ਜਿਹਦੇ ਵਿੱਚ ਆਪਾਂ ਗਾਣੇ, ਵੀਡੀਓ ਵਗੈਰਾ ਲੋਡ ਕਰਦੇ ਹਾਂ। ਸੋ ਨੈਕਸਟ ਹੈਗਾ ਜੀ, ਵਿੱਚ ਬਣੇ ਇਜ ਨੋਟ ਐਂਡ ਆਊਟਪੁੱਟ ਡਿਵਾਈਸ। ਵੀ ਬਹੁਤ ਹੀ ਸਿੰਪਲ ਕੁਆਸਚਨ ਹੈ। ਮਨੀਟਰ ਵੀ ਆਪਣੇ ਆਊਟਪੁੱਟ ਡਿਵਾਈਸ ਹੈ, ਪ੍ਰਿੰਟਰ ਵੀ ਐਂਡ ਪਲੋਟਰ ਵੀ ਆਊਟਪੁੱਟ ਡਿਵਾਈਸ ਹੈ। ਲਾਈਟ ਪੈਨ ਆ ਜਿਹੜਾ ਇਹ ਆਪਾਂ ਸਕਰੀਨ 'ਤੇ ਟੱਚ ਕਰਨ ਲਈ ਵਰਤੋਂ ਕਰਦੇ ਹਾਂ, ਇਨਪੁੱਟ ਡਿਵਾਈਸ ਹੈ। ਸੋ ਇਹ ਜਿਹੜਾ ਆਊਟਪੁੱਟ ਡਿਵਾਈਸ ਨਹੀਂ ਹੈ। ਠੀਕ ਹੈ ਜੀ। ਸੋ ਨੈਕਸਟ ਆ ਗਿਆ ਆਪਣੇ ਕੋਲ, ਨੈਕਸਟ ਹੈ ਜੀ, ਪਾਪੂਲਰ ਓਪਰੇਟਿੰਗ ਸਿਸਟਮ ਵਿੰਡੋ 10 ਇਜ ਪ੍ਰੋਡਕਟ ਬਾਏ। ਇਹ ਕਿਹਦੇ ਦੁਆਰਾ ਇਹਦੀ ਖੋਜ ਕੀਤੀ ਗਈ ਸੀ, ਇਹ ਆਊਗਾ ਜੀ ਆਪਣੇ ਕੋਲ ਮਾਈਕਰੋਸੋਫਟ ਦੁਆਰਾ। ਮਾਈਕਰੋਸੋਫਟ ਦੁਆਰਾ ਜਿਹੜੀ ਵਿੰਡੋ 10 ਬਣਾਈ ਗਈ ਹੈ। ਸੋ ਨੈਕਸਟ ਹੈਗਾ ਜੀ, ਵਿੱਚ ਆਫ ਦਾ ਫੋਲੋਇੰਗ ਇਜ਼ ਦਾ ਮੋਸਟ ਐਕਸਪੈਂਸਿਵ ਸਟੋਰੇਜ ਆਫ ਕੰਪਿਊਟਰ ਇਨ ਟਰਮਜ਼ ਆਫ 256 ਕਪੈਸਿਟੀ। ਇਹ ਆਊਗਾ ਜੀ ਆਪਣੇ ਕੋਲ ਐਸ ਐਸ ਡੀ। ਇਹ ਸਾਰਿਆਂ ਨੂੰ ਐਕਸਪੈਂਸਿਵ ਹੁੰਦੀ ਆਪਣੇ ਕੋਲ। ਹਾਂਜੀ, ਸੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਆਪਣੇ ਕੁਆਸਚਨ ਮਿਲਾ ਸਕਦੇ ਹੋ ਕਿੰਨੇ ਤੁਹਾਡੇ ਸਹੀ ਹੈ। ਸੋ ਜਿਹੜੇ ਵੀ ਆਪਣੇ ਵੀਰ ਭਰਾ ਚੈਨਲ 'ਤੇ ਨਵੇਂ ਆ, ਸਬਸਕ੍ਰਾਈਬ ਵੀ ਕਰਿਓ ਅਤੇ ਸ਼ੇਅਰ ਵੀ ਕਰਿਓ, ਅਤੇ ਅਗਲਾ ਪਾਰਟ ਵੀ ਆਪਾਂ ਜਿਹੜਾ ਐਨਾਲਾਈਜ਼ ਕਰਾਂਗੇ। ਸੋ ਥੈਂਕ ਯੂ।